ਗੁਰਾਇਆ ਵਿਖੇ ਬੀਤੇ ਦਿਨ 12 ਘੰਟੇ ਤੋਂ ਵੱਧ ਬਿਜਲੀ ਦਾ ਕੱਟ ਲੱਗਣ ਤੋਂ ਬਾਅਦ ਲੋਕਾਂ ਵੱਲੋਂ ਬਿਜਲੀ ਦਫ਼ਤਰ ਗੁਰਾਇਆ ਵਿਖੇ ਧਰਨਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਗੁਰਾਇਆ ਪੁਲਿਸ ਵੱਲੋਂ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ, ਜਿਸ ਦੇ ਰੋਸ ਵਜੋਂ ਲੋਕ ਇਨਸਾਫ਼ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ DSP ਫਿਲੌਰ ਦੇ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਕਡਿਆਣਾ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਭੋਸਲੇ ਅਤੇ ਸੁਖਵਿੰਦਰ ਬਿੱਟੂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਗੁਰਾਇਆ ਪੁਲਿਸ ਵੱਲੋਂ ਪਰਚਾ ਦਰਜ ਕਰਨ ਦੇ ਨਾਲ ਨਾਲ ਰਕੇਸ਼ ਕੁਮਾਰ ਅਤੇ ਚੌਧਰੀ ਨਾਲ ਮਾਰਕੁੱਟ ਕਰਨਾ ਬਹੁਤ ਹੀ ਨਿੰਦਣਯੋਗ ਦੱਸਿਆ। ਉਹਨਾਂ ਮੰਗ ਕੀਤੀ ਕਿ ਥਾਣਾ ਗੁਰਾਇਆ ਦੇ SHO ਕੇਵਲ ਸਿੰਘ ਨੂੰ ਸਸਪੈਂਡ ਕੀਤਾ ਜਾਵੇ। ਤਕਰੀਬਨ 10:15 ਦੇ ਵਿੱਚ ਇੱਕ ਗੁਰਾਇਆ ਤੋਂ ਸੰਜੇ ਅਟਵਾਲ ਆਪਣੇ ਆਪ ਨੂੰ ਦੱਸਦਾ, ਉਹਦਾ ਨਾਂ ਉਹਦਾ ਘੋਗਾ ਆ, ਉਹ ਆ ਗਿਆ। ਉਹਨੇ ਆ ਕੇ ਇੰਨੀ ਬਦਤਮੀਜੀ ਮੇਰੇ ਨਾਲ ਕੀਤੀ ਵੀ ਹਾਂ ਬਈ ਕੀ ਚੱਕਰ ਆ, ਆਪ ਜਿਹੜੇ ਵੀ ਜਿਹੜੇ ਬੰਦੇ ਥੱਲੇ ਬੈਠੇ ਨਾਂ ਨਾਲ ਲੈ ਕੇ ਉਹਨਾਂ ਵੀ ਚੱਲ ਫਲਾਨੇ ਆ, ਤੂੰ ਚੱਲ, ਤੈਨੂੰ ਦੇਖ ਲਓ, ਤੈਨੂੰ ਦੇਖ ਲਓ। ਬਸ ਕਹਿ ਲਓ ਵੀ 5 ਮਿੰਟਾਂ ਦੇ ਵਿੱਚ ਹੀ ਜਿੱਦਾਂ ਸਾਰਾ ਪੁਲਿਸ ਪ੍ਰਸ਼ਾਸਨ ਵੱਲੋਂ ਫੀਲਡਿੰਗ ਲੱਗ ਗਈ ਸੀ, ਤਕਰੀਬਨ 8-10 ਬੰਦੇ ਪਹਿਲੇ ਪਹੁੰਚ ਗਏ ਸੀ ਉੱਥੇ। 1 ਮਿੰਟ ਵੀ ਪੂਰਾ ਨਹੀਂ ਹੋਇਆ ਸੀ ਹਾਲੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨਾਲ ਗੱਲ ਹੋਈ ਨੂੰ, ਪਿੱਛੋਂ SHO ਸਾਹਿਬ ਨੇ ਮੇਰਾ ਆ ਕੇ ਗਲ ਫੜਿਆ, ਕਰਮਜੀਤ ਦਾ ਗਲ ਫੜਿਆ ਅਤੇ ਗਾਲਾਂ ਦੀ ਬੁਛਾਰ ਲਾਤੀ ਇਹਨਾਂ ਨੇ ਵੀ ਜੋ ਵੀ ਹਾਂ ਤੈਨੂੰ ਦੱਸਾਂਗੇ ਥਾਣੇ ਜਾ ਕੇ। ਮੈਂ ਕਿਹਾ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਪੂਰੀ, ਵੀ ਪੂਰੀ ਗੱਲ ਸੁਣ ਤਾਂ ਲਓ ਵੀ ਹੋਇਆ ਕੀ ਆ। ਉਹ ਕਹਿੰਦਾ ਮੈਂ ਕੋਈ ਗੱਲ ਨਹੀਂ ਸੁਣਨੀ, ਤੂੰ ਹੈ ਕੌਣ ਆ? DSP ਸਾਹਿਬ ਆਏ ਸੀ, ਕੀ ਵਿਸ਼ਵਾਸ? DSP ਸਾਹਿਬ ਹੁਣ ਆ ਕੇ ਸਾਨੂੰ ਆਸ਼ਵਾਸਨ ਦੇ ਕੇ ਗਏ ਆ ਵੀ SHO ਗਰਾਇਆ ਅਤੇ ਉਹਦੇ ਜਿਹੜੇ ਨਾਲ ਆਏ ਹੋਏ ਸੀਗੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਸਾਡੇ ਨਾਲ ਧੱਕਾ ਕੀਤਾ, ਗਾਲੀ ਗਲੋਚ ਕੀਤੀ, ਕੋਲਰ ਫੜੇ, ਲੱਤਾਂ ਮੁੱਕੇ ਮਾਰੇ, ਵੀ ਉਹਨਾਂ ਖਿਲਾਫ਼ ਮੈਂ ਬਣਦੀ ਕਾਰਵਾਈ ਕਰੂੰਗਾ। ਅਤੇ ਸੰਜੇ ਅਟਵਾਲ ਦੇ ਖਿਲਾਫ਼ ਵੀ ਜਿਹਨੇ ਆ ਕੇ ਧਰਨੇ ਦਾ ਰੂਪ ਰੇਖਾ ਖਰਾਬ ਕੀਤੀ, ਲੋਕਾਂ ਨੂੰ ਆ ਕੇ ਕਿਹਾ ਸੁਣਿਆ ਜਾਂ ਮੈਨੂੰ ਕੁਛ ਗਾਲੀ ਗਲੋਚ ਕੀਤਾ, ਵੀ ਉਹਦੇ ਖਿਲਾਫ਼ ਵੀ ਮੈਂ ਬਣਦੀ ਕਾਰਵਾਈ ਜ਼ਰੂਰ ਕਰੂੰਗਾ। ਜੀ ਉੱਥੇ ਨਾ ਇੱਕ ਕਾਂਗਰਸ ਦਾ ਇੱਕ ਮੋਦਵਾਰ ਬਣਾਇਆ ਜੀ ਵਿਕਰਮਜੀਤ ਨੇ, ਉਹਨਾਂ ਦਾ ਕੰਮ ਤਾਂ ਦੜੇ ਦੁੜੇ ਦਾ ਆਇਆ। ਵੈਸੇ ਉਹ ਬੰਦਾ ਉੱਥੇ ਆਇਆ, ਆ ਕੇ ਕਹਿਣ ਲੱਗਾ ਓਏ ਤੂੰ ਉੱਠ ਇੱਥੋਂ, ਤੂੰ ਉੱਠ ਇੱਥੋਂ। ਅੱਛਾ ਉਸ ਤੋਂ ਬਾਅਦ ਜੋ ਉਹਨੂੰ ਮੈਂ ਜੋ ਸਾਡੀ ਥੋੜ੍ਹੀ ਗਾਲੀ ਗਲੋਚ ਵੀ ਹੋਈ, ਉਸ ਤੋਂ ਬਾਅਦ ਉਹ ਬੰਦਾ ਉੱਥੋਂ ਚਲੇ ਗਿਆ। ਸਾਨੂੰ ਨਹੀਂ ਪਤਾ ਜੀ ਉਸ ਬੰਦੇ ਨੇ ਕਿੱਥੋਂ ਟੈਲੀਫੋਨ ਕਰਵਾਇਆ ਕੇਵਲ ਸਿੰਘ ਨੂੰ, SHO ਨੂੰ, ਕਿੱਥੋਂ ਨਹੀਂ ਕਰਵਾਇਆ, ਜੇ ਆਪ ਕੀਤਾ ਜਾਂ ਵਿਕਰਮਜੀਤ ਤੋਂ ਕਰਵਾਇਆ ਸਾਨੂੰ ਨਹੀਂ ਪਤਾ। ਤੁਸੀਂ ਕਹਿ ਰਹੇ ਉਹਨੇ ਪਰਚਾ ਕਰੇ? ਉਹਨੇ ਕਰਵਾਇਆ ਜੀ, ਕਿਉਂਕਿ ਜੋ ਵਿਹਾਵ ਸਾਡੇ ਨਾਲ SHO ਗੁਰਾਇਆ ਨੇ ਕੀਤਾ ਉਹ ਕਦੀ ਜਾਨਵਰਾਂ ਨਾਲ ਵੀ ਅਸੀਂ ਹੁੰਦਾ ਨਹੀਂ ਦੇਖਿਆ ਆਪਣੀ ਜ਼ਿੰਦਗੀ ਵਿੱਚ। ਕੀ ਕਹਿਣਾ ਚਾਹੁੰਦੇ ਹੁਣ ਤੁਸੀਂ? ਸਰ ਦੇਖੋ ਇਹ ਗੁੰਡਾਗਰਦੀ ਆ, ਸਾਨੂੰ ਗਾਲਾਂ ਕੱਢੀਆਂ ਗਈਆਂ, ਸਾਨੂੰ ਕੁੱਟਿਆ ਗਿਆ। ਇੱਕ ਧਰਨਾ ਆਦਿ ਜਿਹੜੇ ਬੰਦੇ ਕੋਈ ਵੀ ਧਰਨੇ ਦੇ ਬਹਿੰਦੇ ਆ, ਕੀ ਪੁਲਿਸ ਉਹਨਾਂ ਨੇ ਇੱਦਾਂ ਕਰਦੀ ਹੈ ਜਾਂ ਜ਼ਿੰਦਗੀ ਤੁਸੀਂ ਇੱਦਾਂ ਕਰੀ ਹੁੰਦਾ ਦੇਖਿਆ? ਕੀ ਮੰਗ ਕਰਦੇ ਹੋ? ਮੰਗ ਅਸੀਂ ਜਿਹਨਾਂ ਨੇ ਸਾਡੇ ਅਤਿਆਚਾਰ ਕੀਤਾ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ DSP ਫਿਲੌਰ ਦਵਿੰਦਰ ਅਤਰੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਇਸ ਮਾਮਲੇ ਵਿੱਚ ਕੀਤੀ ਜਾਂਚ ਵਿੱਚ ਇੰਸਪੈਕਟਰ ਕੇਵਲ ਸਿੰਘ ਗਲਤ ਪਾਇਆ ਗਿਆ ਤਾਂ ਉਸ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਅਜੇ ਤੇ DSP ਲੋਕ ਇਨਸਾਫ਼ ਪਾਰਟੀ ਨੇ ਇੱਥੇ ਇਕੱਠੇ ਹੋ ਕੇ ਆਏ ਸੀਗੇ, ਜਿਨ੍ਹਾਂ ਨੇ ਇੱਕ ਮੰਗ ਪੱਤਰ ਦਿੱਤਾ ਕਿ ਥਾਣਾ ਗਰਾਇਆ ਵਿਖੇ ਕੱਲ੍ਹ ਬਿਜਲੀ ਜਾਣ ਕਰਕੇ ਕੁਛ ਵਿਅਕਤੀਆਂ ਵੱਲੋਂ ਉੱਥੇ ਬਿਜਲੀ ਬੋਰਡ ਸ਼ਿਕਾਇਤ ਕੀਤੀ ਸੀਗੀ, ਜੋ ਕਿ ਉੱਥੋਂ ਦਾ SHO ਸਾਹਿਬ ਨੇ ਜਿਹੜਾ ਉਹਨਾਂ ਨੇ ਵਾਇਲੇਸ਼ਨ ਕੀਤੀ ਉਹਦੇ ਸੰਬੰਧ 'ਚ ਕੋਈ ਪਰਚਾ ਦਰਜ ਕੀਤਾ 188 IPC ਦਾ, ਅਤੇ ਕੁਛ ਮੁਲਾਜ਼ਮ ਵੱਲੋਂ ਜੋ ਉਹਨਾਂ ਦੇ ਵੱਲੋਂ ਦੱਸਿਆ ਗਿਆ ਵੀ ਇਹ ਕੋਈ ਬਦਤਮੀਜ਼ੀ ਕੀਤੀ ਆ, ਅਤੇ ਉਹ ਕਿਸੇ ਦੇ ਕਹਿਣ 'ਤੇ ਕੀਤੀ ਆ, ਉਹ ਜੋ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਨੂੰ ਲਿਖਤੀ ਕੰਪਲੇਂਟ ਦੇ ਦਿਓ, ਅਤੇ ਉਹ ਅਸੀਂ ਡੀਪਲੀ ਵੈਰੀਫਾਈ ਕਰਕੇ ਜੇ ਕੋਈ ਮੁਲਾਜ਼ਮਾਂ ਦੀ ਗਲਤੀ ਹੋਈ ਤਾਂ ਉਹਨਾਂ ਖਿਲਾਫ਼ ਐਕਸ਼ਨ ਲਿਆ ਜਾਊਗਾ। ਜੇ ਪਰਚੇ ਦੇ ਵਿੱਚ ਕੋਈ ਲੱਗਦਾ ਵੀ ਹਾਂ ਕੋਈ ਗਲਤ ਦਿੱਤਾ ਤਾਂ ਉਹਦੀ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾਊਗੀ। ਥੈਂਕ ਯੂ।